गुरदासपुर तो संसद मैंबर सनी देओल अज 5 महीनों तो बाद पठानकोट पहुंचे, परंतु उन्होंने आम लोगों नाल मिलन तो इनकार कर दिता, जिसके चलदिया बेरोजगार नौजवानों वालों उन्हों की कोठी का घिराओ करके उन्हों के खिलाफ प्रदर्शन किया गया। इस मौके लोगों का साफ कहना सी कि जदों चोणा सन उस वक्त वोट मंगन लई ओह हर एक दे कोल जा रहे सन, परंतु अज जदों लोगों नूं उन्हां दी जरूरत है तां ओह मिलन तों इनकार कर रहे हन। ਬਾਕੀ ਗੱਲ ਨਾ ਮੇਰੀ ਗੱਲ ਸੁਣੋ, ਤੁਹਾਨੂੰ ਇਸ ਗੱਲ ਦਾ ਵੀ ਤਾਂ ਪਤਾ ਹੋਣਾ, ਜਦੋਂ ਵੀ ਅੱਜ ਕਰਫਿਊ ਵੀ ਹੈ, ਸ਼ਨੀਵਾਰ ਅੱਜ ਸ਼ਨੀ ਤੇ ਐਤਵਾਰ ਕਰਫਿਊ ਹੁੰਦਾ ਨਾ, ਤੁਹਾਨੂੰ ਪਤਾ ਮਰਨ ਦੇ ਲੋਕੀ ਆਪਾਂ ਕਰਫਿਊ ਦੇਖੀਏ ਦਸੂਰਾਂ ਦੀ, ਫਿਰ ਤੁਸੀਂ ਇਹ ਗੱਲ ਦਾ ਤੇ ਪਤਾ ਨਾ ਵੀ ਕਾਨੂੰਨ ਦੀ ਵੀ ਪਾਲਣਾ ਕਰਨੀ ਆਪਾਂ ਨਹੀਂ ਪਤਾ ਭਾਈ, ਸਟੇਟ 'ਚ ਕੁਛ ਹੋਏਗਾ ਮੁੰਡਿਆਂ ਦੇ ਤੇ ਕਾਨੂੰਨ ਦੀ ਪਾਲਣਾ ਹੋਏਗੀ, ਆਪਾਂ ਤਾਂ ਫਿਰ ਇਹ ਤਾਂ ਮਤਲਬ ਕਾਨੂੰਨ ਨੂੰ ਸਾਫੀ ਹੋ ਜਾਏਗਾ, ਤਾਂ ਜਾਰੀ ਕਰਦਾ ਭਾਈ, ਆਪਾਂ ਹੁਣ ਇਹਦੇ ਕੋ ਆਇਆ ਕੋਈ ਕੋਈ ਗਲਤ ਐਕਟੀਵਿਟੀ ਤੇ ਕਰਨੀ ਨਹੀਂ, ਗਲਤ ਐਕਟੀਵਿਟੀ ਜਿਹੜੇ ਆ ਨਾ 5 ਤੋਂ ਵੱਧ ਬੰਦੇ ਇਕੱਠੇ ਹੋਣਾ ਉਹ ਵੀ ਇੱਕ ਅਪਰਾਧ ਆ। ਇਹ ਆਪਣਾ ਗਗਨਦੀਪ ਸਿੰਘ ਜੀ, ਕੀ ਪ੍ਰੋਬਲਮ ਆ ਰਹੀ ਹੈ ਭਾਜੀ? ਪ੍ਰੋਬਲਮ ਆਪਾਂ ਮੁੱਦੇ 'ਤੇ ਆਇਆ ਕਿ ਬੇਰੁਜ਼ਗਾਰੀ 'ਤੇ, ਠੀਕ ਆ ਨਾ ਭਾਜੀ? ਜਿੰਨੇ ਮੁੰਡੇ ਆਏ ਸਾਰੇ ਬੇਰੁਜ਼ਗਾਰ ਆ ਭਾਜੀ, ਆਪਾਂ ਆਪਣੇ ਥੋੜ੍ਹਾ ਜਿਹਾ ਲੈ ਕੇ ਆਏ ਹਾਂ ਕਿ ਭਾਜੀ ਲੋਕਡਾਊਨ ਰਿਹਾ, ਇਹਨਾਂ ਨੇ ਇੱਕ ਵਾਰੀ ਵੀ ਕਿਸੇ ਦਾ ਪੁੱਛਿਆ ਨਹੀਂ ਭਾਜੀ, ਭੁੱਖੇ ਮਰੇ ਲੋਕ, ਗਰੀਬ ਲੋਕ, ਇਹਨਾਂ ਨੂੰ ਕੀ ਆ ਭਾਜੀ? ਇਹਦਾ ਗੇੜਾ ਹੀ ਨਹੀਂ ਲਾਉਂਦੇ ਪਠਾਨਕੋਟ ਦਾ, ਪਤਾ ਨਹੀਂ ਕਿੱਥੇ ਐਮ ਪੀ ਸਾਹਿਬ ਗੁੰਮ ਹੋ ਗਏ। ਇਹਦਾ ਥੋੜ੍ਹੀ ਬਣਦਾ ਭਾਜੀ, ਵੋਟ ਦੇ ਕੇ ਜਿਤਾਇਆ ਆਵਾਮ ਨੇ, ਆਵਾਮ ਨੂੰ ਮਿਲਣਾ ਹੀ ਨਹੀਂ, ਆਪਾਂ ਖੜ੍ਹੇ ਹਾਂ 10 ਮਿੰਟ ਤੋਂ ਕੋਈ ਜਵਾਬ ਨਹੀਂ ਆ ਰਿਹਾ ਭਾਜੀ ਅੰਦਰ ਤੋਂ, ਇਹ ਗੱਲ ਤਾਂ ਨਹੀਂ ਨਾ ਬਣਦੀ ਭਾਜੀ? ਆਪਾਂ ਮਿਲਣਾ ਆ ਨੂੰ ਜਵਾਬ ਦਿਓ, ਮਿਲੋ ਆ ਗਿਆ ਨੂੰ। ਕਿਹੜੀ ਕਿਹੜੀ ਜਗ੍ਹਾ ਤੋਂ ਆਇਆ ਤੁਸੀਂ ਭਾਜੀ? ਆਪਾਂ ਸਾਰੇ ਆਏ ਸਾਰੇ ਪਿੰਡ ਭਾਜੀ ਇਕੱਠੇ ਕਰਕੇ ਆਏ, ਆਪਣੇ ਲਾਗੇ ਬੰਨੇ ਜਿੰਨੇ ਪਿੰਡ ਆ ਸਾਰੇ ਦੁਖੀ ਆ ਭਾਜੀ, ਸਾਰੇ ਇਕੱਠੇ ਹੋ ਕੇ ਆਏ ਅੱਜ। ਇੱਕ ਮਾਧੋਪੁਰ ਤੋਂ ਆਇਆ ਭਾਜੀ, ਥਰਿਆਲ ਤੋਂ ਆਇਆ, ਜੈਣੀ ਤੋਂ ਆਇਆ ਭਾਜੀ, ਭੇੜੀਆਂ ਤੋਂ ਆਇਆ, ਬੜੀ ਜਗ੍ਹਾ ਤੋਂ ਸਾਰੇ ਮੁੰਡੇ ਆਏ ਆ ਭਾਜੀ, ਇਕੱਠੇ ਹੋ ਗਏ। ਕੀ ਮੰਗ ਗਈ ਤੁਹਾਡੀ ਭਾਜੀ? ਬੇਰੋਜ਼ਗਾਰੀ ਦੇ ਸਾਡੇ ਆ ਕਿ ਇੱਥੇ ਕੋਈ ਭਾਜੀ ਮੁੰਡਿਆਂ ਨੂੰ ਲਾਇਆ ਜਾਏ ਕਿਤੇ ਕੰਮ ਕੁੰਮ ਦੇ ਭਾਜੀ, ਕਿਤੇ ਘਰ ਤਾਂ ਚੱਲੇ ਜਾਂਦਾ ਭਾਜੀ, ਜਿੱਥੇ ਥੋੜਾ ਬਹੁਤ ਕੰਮ ਮਿਲਦਾ ਸੀ ਉਹ ਬਾਹਰ ਦੇ ਬੰਦੇ ਰੱਖ ਲੈਣਾ ਨੇ ਸਰ, ਪੈਪਸੀ ਫੈਕਟਰੀ 'ਚ, ਠੀਕ ਆ ਨਾ ਬਾਈ? ਇੱਦਾਂ ਨਹੀਂ, ਸੜਕਾਂ ਟੁੱਟੀ ਦੀਆਂ, ਸੜਕ ਇੱਕ ਨਹੀਂ ਬਣੀ ਦੀ, ਮਨਵਾਲ ਚੌਂਕ ਭਾਜੀ, ਇੰਨਾ ਤੇਲ ਫੂਕ ਕੇ ਆਏ ਬੰਦੇ ਇੱਥੇ ਭਾਜੀ, ਘਰ ਖਾਣ ਨੂੰ ਆਟਾ ਨਹੀਂ ਭਾਜੀ ਕਿਸੇ ਦੇ, ਕਿਸੇ ਗਰੀਬ ਦੇ ਘਰ ਜਾ ਕੇ ਦੇਖਿਆ ਉਹਨਾਂ ਨੇ ਭਾਜੀ ਇੱਕ ਵਾਰੀ ਵੀ? ਕਦੀ ਰੋਡ ਦੇਖੀਏ ਜਿਹੜੇ ਟੁੱਟੇ ਆ ਭਾਜੀ? ਇਸ ਦੇ ਨਾਲ ਹੀ ਸਨੀ ਦਿਓਲ ਅੱਜ ਪਠਾਨਕੋਟ ਦੇ ਵਿੱਚ SSP ਪਠਾਨਕੋਟ ਗੁਲਨੀਤ ਸਿੰਘ ਖੁਰਾਨਾ ਦੇ ਦਫ਼ਤਰ ਵਿੱਚ ਉਹਨਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਅਤੇ ਲਾਅ ਐਂਡ ਆਰਡਰ ਤੇ ਬਾਰਡਰ ਸਿਕਿਉਰਿਟੀ ਦੇ ਬਾਰੇ ਵਿੱਚ ਚਰਚਾ ਵੀ ਕੀਤੀ। ਸਨੀ ਦਿਓਲ ਦੇ ਵੱਲੋਂ SSP ਦਫ਼ਤਰ ਦੇ ਵਿੱਚ ਕਮਾਂਡ ਸੈਂਟਰ ਬਣਾਉਣ ਲਈ ਫੰਡ ਜਾਰੀ ਕੀਤੇ ਗਏ ਸਨ, ਜੋ ਕਿ ਬਣ ਕੇ ਤਿਆਰ ਹੋ ਚੁੱਕਾ ਹੈ। SSP ਪਠਾਨਕੋਟ ਵੱਲੋਂ ਸਨੀ ਦਿਓਲ ਨੂੰ ਉਹ ਕਮਾਂਡ ਸੈਂਟਰ ਵੀ ਦਿਖਾਇਆ ਗਿਆ। ਇੱਥੇ ਸ਼ਹਿਰ ਦੇ ਕਈ ਸਥਾਨਾਂ ਤੋਂ ਡਾਇਰੈਕਟ ਫੀਡ ਪਠਾਨਕੋਟ ਦੇ SSP ਦਫ਼ਤਰ ਵਿੱਚ ਦੇਖੀ ਜਾ ਸਕਦੀ ਹੈ। ਇਸ ਸੰਬੰਧ ਵਿੱਚ ਗੁਲਨੀਤ ਸਿੰਘ ਖੁਰਾਨਾ SSP ਪਠਾਨਕੋਟ ਨੇ ਜਾਣਕਾਰੀ ਦਿੱਤੀ। ਸਨੀ ਦਿਓਲ ਜੀ ਆਏ ਸੀਗੇ ਇੱਥੇ ਸਾਡੇ ਮਾਨੀ ਮੈਂਬਰ ਪਾਰਲੀਮੈਂਟ, ਐਂਡ ਹੀ ਡਿਸਕਸ ਦੀ ਲਾਅ ਐਂਡ ਆਰਡਰ ਇਸ਼ੂਜ਼ ਜੋ ਕਿ ਆਪਣੇ ਪਠਾਨਕੋਟ ਨਾਲ ਰਿਲੇਟਡ ਹੈਗੇ ਨੇ, ਸਿਕਿਉਰਿਟੀਜ਼ ਇਸ਼ੂ ਬਾਰੇ ਉਹਨਾਂ ਨੇ ਗੱਲ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਮੇਰੇ ਤੋਂ ਪਹਿਲਾਂ ਰਹਿੰਦੇ SSP ਸਾਹਿਬ ਦੇ ਟਾਈਮ 'ਤੇ ਫੰਡਸ ਪ੍ਰੋਵਾਈਡ ਕੀਤੇ ਸੀਗੇ ਫੋਰ ਕੈਮਰਾਜ਼ ਔਰ ਕਮਾਂਡ ਸੈਂਟਰ ਵਾਸਤੇ, ਤਾਂ ਉਹ ਪ੍ਰੋਜੈਕਟ ਕੰਪਲੀਟ ਹੋ ਗਿਆ ਸੀਗਾ, ਐਂਡ ਹੀ ਕੇਮ ਹੇਅਰ, ਤਾਂ ਅਸੀਂ ਉਹਨਾਂ ਨੂੰ ਪੂਰਾ ਪ੍ਰੋਜੈਕਟ ਦਿਖਾਇਆ ਹੈਗਾ ਕਿ ਹਾਂ ਦੀਜ਼ ਆਰ ਦੀ ਕੈਮਰਾਜ਼, ਔਰ ਇਹ 5 ਲੋਕੇਸ਼ਨ ਤੋਂ ਸਾਨੂੰ ਡਾਇਰੈਕਟ ਫੀਡ ਸਾਡੇ ਕਮਾਂਡ ਸੈਂਟਰ 'ਤੇ ਹੈੱਡਕੁਆਰਟਰ ਦੇ ਉੱਤੇ ਕੰਟਰੋਲ ਰੂਮ ਵਿੱਚ ਆ ਰਹੀ ਹੈਗੀ। ਆਈ ਟੋਲਡ ਲਾਅ ਐਂਡ ਆਰਡਰ ਰਿਵਿਊ ਸੀਗਾ, ਔਰ ਬਾਕੀ ਸਿਕਿਉਰਿਟੀ ਜਿਹੜਾ ਆਪਣਾ ਬਾਰਡਰ ਇਸ਼ੂਜ਼ ਹੈਗੇ ਨੇ ਉਹਨਾਂ ਦੇ ਬਾਰੇ ਡਿਸਕਸ਼ਨ ਹੋਈ ਸਰ।